ਇਹ ਬਾਜਰੇ ਦਾ ਆਟਾ ਬਣਾ ਕੇ ਹਾਂਜੀ ਤੇ ਰੋਟੀ ਪਕਾ ਖਾਈ ਦੀ ਏ ਤੇ ਸਾਗ ਸਰੋਂ ਦਾ ਨਾਲ ਪਕਾ ਕੇ ਹਾਏ ਹਾਏ ਮੱਖਣ ਦਾ ਪੇੜਾ ਉੱਤੇ ਧਰ ਕੇ ਹਾਏ 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 ਹਾਏ। ਅਸਲਾਮੁ ਅਲੈਕੁਮ ਯਾਰੋ, ਕੀ ਹਾਲ ਏ ਤੁਹਾਡਾ? ਮੈਂ ਵਾਂ ਮੀਰ ਹਮਜ਼ਾ ਤੇ ਤੁਸੀਂ ਵੇਂਦੇ ਹੋ ਪੇ ਟੂਵਰਡ ਵੀ ਦੇ ਅੱਜ ਤੇ ਜਿਹੜੇ ਭਾਈ ਨੇ ਅਸੀਂ ਤਾਂ ਮੇਰਾ ਚੈਨਲ ਹੀ ਨਾ ਸਬਸਕ੍ਰਾਈਬ ਕੀਤਾ, ਉਹ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ, ਕਿਉਂਕਿ ਅੱਜ ਮੈਂ ਆਇਆ ਵਾਂ ਆਪਣੇ ਪਿੰਡ 'ਚ ਇੱਕ ਵਾਰੀ ਫਿਰ ਦੂਰ ਆਇਆ ਮੈਂ ਇੱਥੇ। ਕਲਰ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਪਹਿਲੀ ਗੰਨੇ ਵਾਲੀ ਵੀਡੀਓ 'ਚ, ਕਲਰ ਆਇਆ ਮੈਂ ਤੇ ਇੱਥੇ ਬਾਜਰਾ ਸੀ ਕੋਈ 5 ਕਿੱਲਿਆਂ ਦਾ ਬਾਜਰਾ ਸੀ ਤੇ ਉਹ ਤਾਂ ਉਹਨਾਂ ਵੱਢ ਕੇ ਪਾ ਲਿਆ ਜਾਨਵਰਾਂ ਨੂੰ ਤੇ ਉਹਦੇ ਉੱਤੇ ਜੇ ਸਿੱਟੇ ਹਨ ਨਾ, ਸਿੱਟਿਆਂ ਵਾਲੀ ਵੀਡੀਓ ਵੀ ਤੁਸੀਂ ਵੇਖੀ ਹੋਣੀ ਹੈ ਜਿਹੜੇ ਅਸੀਂ ਸਿੱਟੇ ਲਾਏ ਹਨ ਭਾਈ ਅਜ਼ਮਤ ਦੇ ਨਾਲ ਮਿਲ ਕੇ ਤੇ ਜ਼ੇ ਪੇਂਡੂ ਨੂੰ ਮੈਂ ਜਿੱਦਣ ਛੱਡਣ ਗਿਆ ਹਾਂ। ਤੇ ਅੱਜ ਸਾਡੇ ਪਿੰਡ ਇੱਥੇ ਸਿੱਟਿਆਂ ਦਾ ਢੇਰ ਬੜਾ ਵੱਡਾ ਤੇ ਇਹ ਸਿੱਟਿਆਂ ਨੂੰ ਇਹ ਕੁਤਰਨਗੇ, ਉਹ ਤੁਸੀਂ ਪਿੱਛੇ ਮਸ਼ੀਨ ਵੇਚ ਸਕਦੇ ਹੋ, ਲੱਗਦੀ ਪਈ ਇਹ ਮਸ਼ੀਨ ਤੇ ਮੈਂ ਦੌੜਦਾ ਆਇਆ ਵਾਂ ਪਿੰਡੂ, ਉੱਥੋਂ ਮੈਂ ਵੇਖਿਆ ਸੀ ਮਸ਼ੀਨ ਲੱਗਦੀ ਪਈ ਹੈ ਤੇ ਮੈਂ ਦੌੜਦਾ ਆਇਆ ਤੇ ਮੈਨੂੰ ਸਾਹ ਵੀ ਬੜਾ ਚੜ ਗਿਆ ਤੇ ਹੁਣ ਜਾਂਦੇ ਹਾਂ ਉੱਥੇ ਮਸ਼ੀਨ ਲੱਗੀ ਹੈ ਕਿ ਨਹੀਂ ਵੇਖਦੇ ਹਾਂ ਤੇ ਨਾਲੇ ਉਹਨਾਂ ਦੀ ਮਦਦ ਕਰਨੇ ਹਾਂ ਜੋ ਸਾਡੇ ਕੋਲ ਬਣ ਸਕਿਆ ਅਸੀਂ ਮਦਦ ਕਰਾਂਗੇ ਤੇ ਬਾਜਰਾ ਜਿਹੜਾ ਨਾ ਉਹ ਕਤਰਾਉਂਦੇ ਹਾਂ ਤੇ ਬਾਜਰੇ ਦੇ ਫਾਇਦੇ ਵੀ ਤੁਹਾਨੂੰ ਦੱਸਾਂਗਾ ਕਾਹਦੇ ਕਾਹਦੇ ਵਾਸਤੇ ਇਸਤੇਮਾਲ ਹੁੰਦਾ ਅਤੇ ਪਿੰਡ 'ਚ ਅਸੀਂ ਇਹਨੂੰ ਕਿਸ ਚੀਜ਼ ਵਾਸਤੇ ਇਸਤੇਮਾਲ ਕਰਨੇ ਹਾਂ ਅਤੇ 5 ਕਿੱਲਿਆਂ 'ਚ ਹੀ ਬਾਜਰਾ ਅਤੇ ਉਹ ਹੁਣ ਜਾ ਕੇ ਕੁਤਰਨੇ ਹਾਂ ਅਤੇ ਆਇਓ ਮੇਰੇ ਨਾਲ। ਮੇਰੇ ਆਉਣ ਤੋਂ ਪਹਿਲਾਂ ਮਸ਼ੀਨ ਲਾਉਂਦੇ ਹਨ ਅਤੇ ਹੁਣ ਚਲਾਉਣਗੇ ਉਹਨੂੰ ਟਰੈਕਟਰ ਦੇ ਨਾਲ ਹੀ ਅਤੇ ਆਇਓ ਵੇਖਦੇ ਹਾਂ ਕਿੰਝ ਚਲਾਉਂਦੇ ਨੇ ਅਤੇ ਆ ਬਾਜਰਾ ਕੁਤਰਨਗੇ ਅਤੇ ਵੇਖਦੇ ਹਾਂ ਕਿ ਕਿੰਝ ਕੁਤਰਦੇ ਨੇ, ਨਾਲ ਮਦਦ ਕਰਾਉਂਦੇ ਹਾਂ ਇਹਨਾਂ ਦੀ। ਇਹ ਚਾਚੂ ਨਵੀਂ ਮੁਸਾਫਰ ਚਾੜਨਗੇ ਹੁਣ, ਆ ਵੇਖ ਸਕਦੇ ਹੋ ਇੱਥੇ ਸ਼ਾਫਟ ਲੱਗੇਗੀ, ਇਹਨੂੰ ਆਉਂਦੇ ਨੇ ਸ਼ਾਫਟ। ਇਹ ਜੀ ਸ਼ਾਫਟ ਚੜ੍ਹ ਗਈ ਹੈ। ਅਤੇ ਇਹ ਪਿਆ ਜੀ ਬਾਜਰੇ ਦਾ ਢੇਰ, ਸਿੱਟੇ ਨੇ ਬਾਜਰੇ ਦੇ, ਉੱਤੋਂ ਲਾਹ ਲਏ ਹਨ ਬਾਜਰੇ ਦੇ ਉੱਤੋਂ ਸਿੱਟੇ ਇਹਨਾਂ ਦੇ ਲੱਥੇ ਨੇ ਅਤੇ ਬਾਕੀ ਜਿਹੜਾ ਹਰਾ ਸੀ ਨਾ ਉਹ ਜਾਨਵਰਾਂ ਨੂੰ ਪਾ ਲਿਆ ਇਹਨਾਂ ਅਤੇ ਇਹ ਟੋਕਰੀ ਪਈ ਹੈ, ਇਹ ਟੋਕਰੀ ਭਰ ਭਰ ਕੇ ਨਾ ਸਿੱਟਿਆਂ ਦੀ ਅਤੇ ਇਹਦੇ ਵਿੱਚ ਲੁੱਦਣਗੇ ਮਸ਼ੀਨ 'ਚ, ਉਹ ਵੀ ਤੁਹਾਨੂੰ ਵਹਾਣੇ ਆ, ਲੁੱਦਨੇ ਵੀ ਆ ਅਤੇ ਕੁੱਤੜਨੇ ਵੀ ਆ, ਸਭ ਕੁਝ ਤੁਹਾਨੂੰ ਵਹਾਣੇ ਆ ਕਿ ਕਿੰਝ ਕਿੰਝ ਕੁੱਤੜਨੇ ਆ ਅਤੇ ਕਿੰਝ ਕਿੰਝ ਸੁੱਟਣੇ ਆ ਅਸੀਂ ਵਿੱਚ। ਇਹ ਨੇ ਜੀ ਚਾਚਾ ਹੋਰ ਇਹਨਾਂ ਨੂੰ ਤੁਸੀਂ ਥੋਮ ਵਾਲੀ ਵੀਡੀਓ 'ਚ ਵੀ ਵੇਖਿਆ ਹੋਣਾ ਜੀ, ਗੋਡੀ ਜਿੱਥੇ ਕਰਦੇ ਹਨ ਪੇ ਅਤੇ ਇਹ ਹੁਣ ਟੋਕਰੀ 'ਚ ਪਾਉਂਦੇ ਨੇ ਅਤੇ ਇੰਝ ਹੀ ਵਾਰੋ ਵਾਰੀ ਟੋਕਰੀ 'ਚ ਪਾ ਕੇ ਸਾਰੇ ਸਿੱਟੇ ਅਤੇ ਇਹ ਜਿਹੜੀ ਮਸ਼ੀਨ ਹੈ ਨਾ ਇਹਦੇ ਵਿੱਚ ਸੁੱਟਣਗੇ ਹੈ ਅਤੇ ਕੁਤਰਨਗੇ ਅਤੇ ਬਾਜਰੇ ਦਾ ਬੀਜ ਵੱਖਰਾ ਕਰਨਗੇ। ਅਤੇ ਇਹ ਜੇ ਜੀ ਬਾਜਰਾ ਜੀ ਤੁਹਾਨੂੰ ਬਾਹਰ ਨਿਕਲਣਾ, ਇਹ ਤੁਸੀਂ ਵੇਖ ਸਕਦੇ ਹੋ ਵਿੱਚ ਥੋੜ੍ਹਾ ਜਿਹਾ ਬਾਜਰਾ ਹੋਣਾ, ਇਹ ਥੋੜ੍ਹਾ ਥੋੜ੍ਹੇ ਬੀਜ ਹੈ ਨੇ ਉਹਦੇ ਅਤੇ ਇਹ ਉਹਨਾਂ ਦੇ ਅੱਗੇ ਛੱਜੇ, ਇਹ ਛੱਜਿਆ ਅਤੇ ਇਹਦੇ ਰਾਣੀ ਬਾਹਰ ਆਏਗਾ ਅਤੇ ਇਹ ਦਾਬਰੇ ਵਿੱਚ ਪਈ ਜਾਏਗਾ ਅਤੇ ਫਿਰ ਉਹ ਤੋਰੇ ਰੱਖੇ ਨੇ ਅਤੇ ਤੋਰਿਆਂ ਦੇ ਵਿੱਚ ਬਾਜਰੇ ਦਾ ਬੀਜ ਪਾਈ ਜਾਣਗੇ। ਅਤੇ ਇਹ ਸਾਰੀ ਮਸ਼ੀਨ ਹੈ ਅਤੇ ਇੱਥੋਂ ਦੀ ਨਿਕਲੇਗਾ ਜੀ ਭੋਰ, ਜਿਹਨੂੰ ਭੋ ਆਉਂਦੇ ਨੇ ਬਾਜਰੇ ਦੇ ਸਿੱਟਿਆਂ ਦਾ ਭੋ, ਆਉਣ ਬਾਹਰ ਨਿਕਲੀ ਜਾਏਗਾ ਅਤੇ ਬਾਜਰਿਆਂ ਦਾ ਬੀਜ ਉਹ ਤੁਹਾਨੂੰ ਬਾਹਰ ਨਿਕਲੀ ਜਾਏਗਾ। ਅਤੇ ਹੁਣ ਇਹ 2-3 ਮਿੰਟਾਂ ਤੱਕ ਬਸ ਮਸ਼ੀਨ ਚੱਲਣ ਲੱਗੀ ਹੈ ਅਤੇ ਬਾਜਰਾ ਕੁਤਰਿਆ ਜਾਣ ਲੱਗਾ, ਬਾਜਰੇ ਦੇ ਜਿਹੜੇ ਸਿੱਟੇ ਨੇ ਨਾ ਉਹ ਅਸੀਂ ਮਸ਼ੀਨ 'ਚ ਸੁੱਟਾਂਗੇ ਤੁਹਾਨੂੰ ਦੱਸਿਆ, ਅਤੇ ਹੁਣ ਤਿਆਰੀਆਂ ਮੁਕੰਮਲ ਹੋ ਰਹੀਆਂ ਬਸ ਅਤੇ ਫਿਰ ਇਹ ਬਾਜਰਾ ਕੁਤਰਦੇ ਹਾਂ ਅਸੀਂ। ਅਤੇ ਇਹ ਟੋਕਰੀ ਤੋਂ ਇਲਾਵਾ ਇੱਕ ਹੋਰ ਚੀਜ਼ ਆ ਗਈ ਹੈ, ਅੱਧੀ ਟੈਂਕੀ ਪਾਣੀ ਵਾਲੀ ਜੀ, ਜੇ ਪਾਣੀ ਨਹੀਂ ਹੁੰਦਾ ਇਹ ਟੈਂਕੀ ਹੈ ਅਤੇ ਇਹਦੇ ਵਿੱਚ ਵੀ ਬਾਜਰੇ ਦੇ ਸਿੱਟੇ ਪਾ ਕੇ ਅਤੇ ਮਸ਼ੀਨ ਦੇ ਵਿੱਚ ਸੁੱਟੀ ਜਾਣਗੇ। ਆ ਵੇਖ ਸਕਦੇ ਹੋ ਉਹਨਾਂ ਦੱਸਿਆ ਬਾਈ ਚੱਕਰ ਆਉਣ ਘੁੰਮੇਗਾ ਅਤੇ ਆ ਬੀਜ ਰਹਿਣਾ ਹੁਣ ਬਾਹਰ ਨਿਕਲੀ ਜਾਏਗਾ। ਅਤੇ ਹੁਣ ਅਸੀਂ ਚਾਚਾ ਜੀ ਨੂੰ ਪਹਿਲਾਂ ਹੀ ਪੁੱਛ ਲੈਂਦੇ ਹਾਂ
कि किन्ने कु चिर दा काम आ, इन्ना वरा बज रहा ते किन्ने कु चिर च कुतर कटेगा। असी ते वाहवा ही लथे लभन दे ते चाचा जी नूं पुछ लैने आ कि किन्ना कु टाइम लगदा इन्हां नूं कुतरन च। हाँ जी चाचा जी, है वाहवा ही सीटे पे ने इत्थे। आहो ते किन्ना कु टाइम लग जाएगा इन्हां कुतरन वास्ते? चाचे ड्राइवर खतरनाक ड्राइवर आते हुण स्टार्ट करनगे ट्रैक्टर मशीन चलाणगे। हूं जी स्टार्ट कर लगे ने वे सारे तु छाफड़ घूम डी जी मशीन चल गई है ते वो तेन घटा बहर निकलन डै पे ते बाजरा हूँ सुटन डै पे ने बेच तेन बाजरा सु। हाँ जी चाचा जी और पढ़ लीए बिस्मिल्ला ते हूँ सारे बिस्मिल्ला पढ़ के बेच बाजरा सुटन गए। तोरा भर किया तो दूजा तोरा स्टार्ट हो गया है। हूँ तुम वेख सकते होने कि स्पीड है बंदे की। मशीन से वाहवा स्पीड नाल सीटे सुटे ने ते मशीन के उत्ते डक्का लग गया ते हाइए अद्धा काम बाकी है। डक्के की वजह नाल साह लभ गया नहीं तो साह बड़ा चढ़ गया है। पांच तोरे भर करते ने तुम वेख सकते हो सीटे मुक गए ने बाजरे दे थोड़े ही तकरीबन रह गए ने। चाचा होरी जी भी लग चाचा होरी जी भी लगे ने काम तकरीबन मुक गया है। ते एज भाई एंड वाला काम मुक गया है ही थोड़े रह गए हैं ते थले जड़े खिलड़े खुलड़े ने बाकी सारा काम मुक गया ते मशीन हो गई है बंद सारा काम मुक गया। सारा नहीं मुकया थोड़ा जहा ही है तोरें शोरें वाला ते चाचा जी होरी बन्न दे ने तोरे जिन्हां विच बाजरा पाया ते वेखने आ बाजरा किस तरह का निकलिया ते चाचा जी होरी किंज बन्न दे ने इहनूं ते मशीन पिछे हो गई है बंद ते चाचा जी को पुछने आ। चाचा जी होरी बन्न दे ने पंज तोरे चाचा जी होरां बन्न छड़े ने ते ए जी बाजरा निकलिया माशाल्लाह काफ़ी सही बाजरा है ते इहदे फायदे भी पुछने आ चाचा जी होरां कोलों ते पुछने आ कि इन्हां नूं क्यों बन्नन दे हो चाचा जी इन्हां नूं बन्नन क्यों दे हो? इंज ट्राली ते लदी खुल्ले ते रुड़ जांदा बाजरा ट्राली ते रुड़ जांदा इंज। चाचा जी होरी आंदे ने पे जी ट्राली ते इंज लदांगे ते रुड़ जाएगा बाजरा ते ओह सामने ट्राली खलोती है ते ओहदे विच तोरे लाद के खरांगे
ਉਹ ਟਰੈਕਟਰ ਹੁਣ ਟਰਾਲੀ ਪਾ ਕੇ ਤਲਿਆਏਗਾ ਅਤੇ ਸਾਰੇ ਤੋਰੇ ਜਿਹੜੇ ਨੇ ਨਾ ਉਹ ਲੱਦ ਕੇ ਅਤੇ ਟਰੈਕਟਰ ਦੇ ਉੱਤੇ ਬਹਿ ਕੇ ਫਿਰ ਘਰ ਨੂੰ ਜਾਵਾਂਗੇ ਅਸੀਂ। ਇਹ ਟਰਾਲੀ ਆ ਗਈ ਹੈ ਜੀ, ਇਹ ਉੱਤੇ ਸਾਡੇ ਪਿੰਡ ਦਾ ਨਾਮ ਵੀ ਲਿਆ ਜੀ ਮਸਤਪੁਰ। ਇਹਦੇ ਉੱਤੇ ਹੁਣ ਹੈ ਤੋਰੇ ਬੰਨ ਕੇ ਲੱਦਣਗੇ ਅਤੇ ਫਿਰ ਜਾਵਾਂਗੇ ਅਸੀਂ ਘਰ ਨੂੰ। ਅਤੇ ਉਹਦੇ ਤੋਂ ਪਹਿਲਾਂ ਹਈਏ ਬਾਜਰੇ ਦੇ ਫਾਇਦੇ ਵੀ ਤੁਹਾਨੂੰ ਦੱਸਣੇ ਨੇ, ਜਿਹੜੇ ਪਿਛਲੀ ਵੀਡੀਓ 'ਚ ਨਹੀਂ ਤੁਹਾਨੂੰ ਦੱਸ ਸਕਿਆ ਮੈਂ। ਅਤੇ ਕਮੈਂਟ ਵੀ ਆਉਂਦੇ ਹਨ ਕਿ ਇਹਨਾਂ ਦੇ ਫਾਇਦੇ ਵੀ ਦੱਸੋ, ਅਤੇ ਹੁਣ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਇਹਨਾਂ ਦੇ ਬਾਜਰੇ ਦੇ ਜਿਹੜਾ ਨਾ ਫਾਇਦੇ ਵੀ ਦੱਸਾਂਗਾ ਕੀ ਨੇ। ਜੀ ਤੋਰੇ ਲੱਦਣ ਦਾ ਟਾਈਮ ਆ ਗਿਆ, ਸਾਡੇ ਪਿੰਡ ਦਾ ਜਵਾਨ ਮੁੰਡਾ ਤੋਰਾ ਚੁੱਕ ਚੁੱਕ ਕੇ ਸੁੱਟੀ ਜਾ ਰਿਹਾ ਵਿੱਚ। ਇਹ ਜੀ ਤਿੰਨ ਤੋਰੇ ਗਏ ਵਿੱਚ। ਚਾਚਾ ਹੀ ਹੈ ਵੀ ਜਵਾਨ, ਚਾਚੇ ਨੂੰ ਗੁੱਸਾ ਆ ਗਿਆ, ਚਾਚੇ ਨੇ ਇਕੱਲੇ ਨੇ ਸੁੱਟ ਛੱਡੇ ਨੇ ਵਿੱਚ, ਫਿਰ ਚੰਗੇ ਰਹੋਗੇ। ਹੈਲੋ ਜੀ, ਇਹ ਜੇ ਜੀ ਜਵਾਨ, ਇਹਨੂੰ ਆਉਂਦੇ ਪਿਆ ਜਵਾਨ ਇਕੱਲਾ ਸੁੱਟ ਛੱਡਦਾ, ਰਾਹ 'ਚ ਹੀ ਸੁੱਟ ਛੱਡਿਆ। ਚਾਚੂ ਨਈਮ ਤੇ ਤੋਰੇ ਗਾਂ ਨੂੰ ਵਗਾਈ ਜਾਣ ਡੇ। ਚਾਚੂ ਨਈਮ ਆਉਂਦਾ ਮੈਂ ਬਾਲੇ ਕੱਢੀ ਜਾਂਦੇ, ਵੇਖੋ ਵੇਖੋ। ਤੇ ਇਹ ਚਾਚਾ ਜੀ ਨੇ ਬੜਾ ਕੰਮ ਕੀਤਾ ਤੇ ਕੀਤਾ ਮੈਂ ਵੀ ਬੜਾ, ਜੇ ਤੁਸੀਂ ਵੇਖਿਆ ਹੋਣਾ ਆਹ ਤੋਰੇ ਛੋਰੇ ਬੰਨ ਰਹੇ ਨੇ ਚਾਚਾ ਜੀ, ਬੰਨ ਰਹੇ ਨੇ ਸਾਰੇ। ਤੇ ਕਿੰਨੇ ਹੋਏ ਨੇ ਤੋਰੇ? 35 ਤੋੜੇ ਹੋ ਗਏ ਨੇ ਕਿੱਲੇ ਵਿੱਚੋਂ। ਓਏ ਹੋਏ ਹੋਏ, ਇਹ ਕਿੱਲਾ ਹੀ? ਆਹੋ, ਮੈਨੂੰ ਆਹੀ 5 ਕਿੱਲੇ ਵੇ। ਨਹੀਂ ਕਿੱਲਾ ਹੀ ਸੀ। ਕਿੱਲਾ ਹੀ? ਆਹੋ, ਮੈਂ ਤੇ ਢੇਰ ਵਾਲ ਵੇਖ ਕੇ ਦੱਸਣ ਦਿਆਂ ਕਿ 5 ਕਿੱਲੇ ਦਾ ਹੋਰੇ ਢੇਰ। ਨਹੀਂ ਨਹੀਂ, ਚਾਚਾ ਜੀ ਹੋੜੀ ਆਉਂਦੇ ਨੇ ਕਿੱਲੇ ਦਾ ਹੀ ਤੇ ਕਿੱਲੇ 'ਚੋਂ 35 ਤੋੜੇ ਨਿਕਲ ਆਏ ਨੇ ਤੇ ਅੱਧੇ ਉੱਤੇ ਸੁੱਟ ਰਹੇ ਨੇ ਤੇ ਅੱਧੇ ਹੀ ਥੱਲੇ ਨੇ। ਤੇ ਚਾਚਾ ਜੀ ਇਹਨਾਂ ਦੇ ਫਾਇਦੇ, ਇਹਨਾਂ ਦਾ ਫਾਇਦਿਆਂ ਦਾ ਵੀ ਪਤਾ ਜੇ ਕਿ ਨਹੀਂ? ਫਾਇਦਿਆਂ ਦਾ ਪਤਾ। ਹਾਂਜੀ ਦੱਸੋ ਨਾ ਕੋਈ ਕਿ ਕੀ ਕਰੀਦਾ ਜਾਂ ਬਾਜਰੇ ਦਾ ਕੀ ਕਰੀਦਾ? ਇਹ ਬਾਜਰੇ ਦਾ ਆਟਾ ਬਣਾ ਕੇ, ਹਾਂਜੀ, ਤੇ ਰੋਟੀ ਪਕਾ ਖਾਈਦੀ ਏ, ਲੱਕ ਨੂੰ ਦਰਦ ਨਹੀਂ ਹੁੰਦੀ। ਹਾਂਜੀ, ਸਿਆਲ ਦੇ ਵਿੱਚ ਸਰਦੀ ਨਹੀਂ ਲੱਗਦੀ। ਇਹ ਹੁਣ ਜੀ ਠੰਡ ਹੁਣ ਹੈ। ਤੇ ਸਾਗ ਸਰੋਂ ਦਾ ਨਾਲ ਪਕਾ ਕੇ, ਹਾਏ ਹਾਏ, ਮੱਖਣ ਦਾ ਪੇੜਾ ਉੱਤੇ ਧਰ ਕੇ, ਚਾਚਾ ਜੀ ਆਂਦੇ ਨੇ ਮਿਹਨਤ ਕੋਈ ਨੀ ਕਰਦਾ। ਤੇ ਜਿਹੜਾ ਮਸ਼ੀਨ ਨਾਲ ਕੁਤਰਿਆ ਨਾ ਬਾਜਰਾ, ਇਹ ਪਹਿਲਾਂ ਘਾੜ ਖਾੜ ਕੇ ਨਾ ਸਿੱਟੇ ਤੇ ਡੰਡਿਆਂ ਨਾਲ ਕੁੱਟ ਕੁੱਟ ਕੇ ਬਾਜਰਾ ਕੱਢਦੇ ਹਨ ਵਿੱਚੋਂ, ਤੇ ਫੇਰ ਪਿਆਂਦੇ ਹਨ ਤੇ ਫੇਰ ਆਟਾ ਬਣਾਉਂਦੇ ਹਨ। ਜਿੰਝ ਅਸੀਂ ਦੂਜੀ ਰੋਟੀ ਨੀ ਖਾਂਦੇ, ਉਂਝ ਦੀ ਏਡੀ ਏਡੀ ਮੋਟੀ ਇਹਦੀ ਰੋਟੀ ਹੁੰਦੀ ਹੈ ਤੇ ਬੜਾ ਸਵਾਦ ਆਉਂਦਾ ਸਰਦੀਆਂ 'ਚ ਖਾਣ ਦਾ। ਤੇ ਹੁਣ ਵੀ ਮੌਸਮ ਉਹ ਹੀ ਹੈ ਤੇ ਚਾਚਾ ਜੀ ਹੁਣ ਕੋਈ ਦਿਲ ਕਰੇਗਾ ਤੇ ਖਾਓਗੇ? ਹਾਂ ਬਿਲਕੁਲ ਖਾਵਾਂਗੇ। ਤੇ ਇਹ ਚਾਚਾ ਜੀ ਹੋਰੀ ਆਉਂਦੇ ਨੇ ਪਏ, ਮੇਰਾ ਦਿਲ ਕਰੇਗਾ ਤੇ ਮੈਂ ਜ਼ਰੂਰ ਖਾਵਾਂਗਾ। ਤੇ ਇਹ ਹੁਣ ਜਿਹੜਾ ਨਾ ਬਾਜਰਾ, ਇਹ ਪਰਿੰਦੇ ਵੀ ਖਾਂਦੇ ਨੇ ਤੇ ਮੈਂ ਵੀ ਬੜਾ ਹੀ ਖਾਧਾ ਐਂਜੀ। ਤੇ ਪਰਿੰਦੇ ਜਿਹੜੇ ਕਬੂਤਰ ਹੋ ਗਏ, ਤੋਤੇ ਛੋਤੇ ਹੋ ਗਏ ਤੇ ਚਿੜੀਆਂ ਹੋ ਗਈਆਂ, ਤਿੱਤਰ ਹੋ ਗਏ, ਬਟੇਰੇ ਹੋ ਗਏ, ਸਾਰੇ ਇਹ ਸਾਰੇ ਬਾਜਰਾ ਖਾ ਲੈਂਦੇ ਨੇ। ਤੇ ਅੱਜ ਬਾਜਰੇ ਦੇ ਸਿੱਟੇ ਜਿਹੜੇ ਨਾ ਇਹ ਕਤਰਾ ਕੇ ਬੜਾ ਹੀ ਮਜ਼ਾ ਆਇਆ। ਤੇ ਚਾਚਾ ਜੀ ਹੋਰੀ ਦੱਸਦੇ ਹਨ ਕਿ ਸਾਗ ਨਾਲ ਤੇ ਮੱਖਣ ਨਾਲ ਜਿਹੜੇ ਖਾਂਦੇ ਹਨ ਅਸੀਂ ਇਹਦੀ ਰੋਟੀ ਪਕਾ ਕੇ, ਉਹ ਤਾਂ ਹੈ ਹੀ ਕਮਾਲ ਦੀ ਸੀ। ਤੇ ਚਾਚਾ ਜੀ ਹੋਰਾਂ ਨੂੰ ਪਤਾ, ਚਾਚਾ ਜੀ ਹੋਰਾਂ ਖਾਧੀ ਹੈ। ਅਸੀਂ ਤਾਂ ਹੁਣ ਸਾਡੀ ਜਨਰੇਸ਼ਨ ਦੂਸਰੀ ਆ ਗਈ ਹੈ, ਅਸੀਂ ਨਹੀਂ ਖਾਂਦੇ। ਤੇ ਸਾਡੇ ਹੁਣ ਤਾਂ ਬਾਜਰਾ ਹੀ ਮੁੱਕ ਗਿਆ, ਬਸ ਡੰਗਰਾਂ ਨੂੰ ਬਸ ਪਾ ਲਓ ਅਤੇ ਗੱਲ ਮੁੱਕ ਗਈ। ਅਤੇ ਨਾ ਡੰਗਰਾਂ ਨੂੰ ਵੀ ਪਾਇਆ ਅਤੇ ਹੁਣ ਆਪ ਹੀ ਵੀ ਰੋਟੀਆਂ ਪਕਾ ਪਕਾ ਖਾਣਗੇ ਅਤੇ ਪਰਿੰਦਿਆਂ ਨੂੰ ਵੀ ਪਾਣਗੇ। ਅਤੇ ਹੁਣ ਸਾਰੇ ਤੋਰੇ ਲੱਦਣੇ ਆ ਅਤੇ ਫਿਰ ਚੱਲਣੇ। ਅਤੇ ਚਾਚਾ ਜੀ ਹੋਰੀ ਹੁਣ ਆਪ ਹੀ ਚੁੱਕ ਚੁੱਕ ਕੇ ਸੁੱਟਣ ਦੇ ਨੇ। ਚਾਚਾ ਜੀ ਹੋਰਾਂ ਦਾ ਕਹਿਣਾ ਹੈ ਬਈ ਮਿਹਨਤ ਕਰੋ ਅਤੇ ਮਿਹਨਤ ਦਾ ਫਲ ਜ਼ਰੂਰ ਮਿਲਦਾ। ਹੈਲੋ ਜੀ, ਆਹ ਚਾਚੇ ਹੋਰਾਂ ਤੋਰੇ ਮੁਕਾ ਰਹੇ ਨੇ ਅਤੇ ਆਹਲਾ ਤੋਰਾ ਅਤੇ ਉਹ ਤੂੰ ਅੱਧਾ ਬਾਕੀ ਰਹਿ ਗਿਆ ਅਤੇ ਇਹ ਜਲਦੀ ਤੋਰੇ ਮੁੱਕ ਗਏ ਨੇ। ਇਹ ਜੇ ਜੀ ਚਾਚਾ ਜੀ ਹੋਣਾ ਸ਼ਾਫੜ ਵੀ ਚੁੱਕ ਲਿਆਉਂਦੀ ਹੈ, ਇਹ ਗਈ ਸ਼ਾਫੜ ਵੀ ਟਰਾਲੀ 'ਚ ਅਤੇ ਇਹ ਵੱਡਾ ਚੜਨਾ ਰਹਿ ਗਿਆ, ਬਸ ਤੈਨੂੰ ਸੁੱਟੀਏ ਟਰਾਲੀ 'ਚ ਅਤੇ ਫਿਰ ਚਲੀਏ ਘਰ ਨੂੰ। ਅਤੇ ਕੰਮ ਹੋ ਗਿਆ ਖਤਮ ਅਤੇ ਸ਼ਾਮ ਦੀ ਅਜ਼ਾਨ ਵੀ ਹੋਣ ਡਾ ਪਈ ਹੈ।
ਤੇ ਮੈਂ ਤੇ ਬੈਠਾ ਵਾਂ ਜੀ ਆ ਟਰਾਲੀ ਟਰੈਕਟਰ ਤੇ ਟਰਾਲੀ ਟਰੈਕਟਰ ਤੇ ਜਾਵਾਂਗਾ ਮੈਂ। ਸਟਾਰਟ ਹੋ ਗਿਆ ਟਰੈਕਟਰ ਤੇ ਚਾਚਾ ਜੀ ਉਹ ਮੋਟਰਸਾਈਕਲ ਤੇ ਤੁਰ ਗਏ ਨੇ ਤੇ ਉੱਥੋਂ ਅਸੀਂ ਆ ਗਏ ਹਾਂ। ਟਰਾਲੀ ਟਰੈਕਟਰ ਜਿਹੜਾ ਰਾਹ ਤੇ ਚੜ ਗਿਆ ਤੇ ਹੁਣ ਪਿੰਡ ਨੂੰ ਜਾਂਦੇ ਹਾਂ ਤੇ ਚਾਚਾ ਜੀ ਹੋਣਾਂ ਦੇ ਕਹਿਣ ਦੇ ਮੁਤਾਬਕ ਤਕਰੀਬਨ ਪੌਣਾ ਡੇਢ ਘੰਟੇ ਹੀ ਲੱਗਿਆ ਸੀ ਤੇ ਬਾਜੇ ਦੇ ਸਿੱਟੇ ਕੁਤਰ ਕੱਤੇ ਨੇ। ਤੋ ਆਜ ਕਾ ਕਾਮ ਖਤਮ ਹੁਆ। ਤੋ ਵੀਡੀਓ ਕੈਸੀ ਲੱਗੀ ਕਮੈਂਟ ਕਰਕੇ ਜ਼ਰੂਰ ਬਤਾਏ। ਵੀਡੀਓ ਕੋ ਲਾਈਕ ਕਰੇ, ਸ਼ੇਅਰ ਕਰੇ ਔਰ ਮੇਰਾ ਚੈਨਲ ਟੂਵਰ ਵੀ ਸਬਸਕ੍ਰਾਈਬ ਜ਼ਰੂਰ ਕਰੇ। ਤੋ ਅੱਲਾ ਹਾਫਿਜ਼।